ਹੁਣੀ ਹੁਣੀ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਸੁਪਰ ਫਾਸਟ ਟ੍ਰੇਨ ਦੀ ਟੱਕਰ ਹੋਈ ਹੈ ਜਿਸ ਦੇ ਕਾਰਨ ਟ੍ਰੇਨ ਦੇ 4 ਡੱਬੇ ਪਟਰੀ ਤੋਂ ਹੇਠਾਂ ਉਤਰੇ ਨੇ ਤੇ ਕਈ ਸਵਾਰੀਆਂ ਇਸ ਹਾਦਸੇ ਦੇ ਵਿੱਚ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਨੇ ਤੇ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਸੁਪਰ ਫਾਸਟ ਟ੍ਰੇਨ ਹੈ ਉਸ ਦੇ ਜੋ ਡੱਬੇ ਨੇ ਉਹ ਪਟਰੀ ਤੋਂ ਹੇਠਾਂ ਉਤਰੇ ਹੋਏ ਨੇ ਤਾਂ ਦੱਸ ਦਈਏ ਕਿ ਸਾਬਰਮਤੀ ਆਗਰਾ ਸੁਪਰ ਫਾਸਟ ਟ੍ਰੇਨ ਦੀ ਟੱਕਰ ਇੱਕ ਮਾਲ ਗੱਡੀ ਦੇ ਨਾਲ ਹੋਈ ਹੈ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਿਹਾ ਜਾ ਰਿਹਾ ਕਿ ਜੋ ਸੁਪਰ ਫਾਸਟ ਟ੍ਰੇਨ ਹੈ ਉਸ ਦੇ 4 ਡੱਬੇ ਪਟਰੀ ਤੋਂ ਹੇਠਾਂ ਉਤਰ ਗਏ ਕਈ ਸਵਾਰੀਆਂ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਈਆਂ ਨੇ ਤਾਂ ਅੱਧੀ ਰਾਤ ਨੂੰ ਇਹ ਭਿਆਨਕ ਰੇਲ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਈ ਸਵਾਰੀਆਂ ਜ਼ਖਮੀ ਹੋਈਆਂ ਨੇ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਰਾਜਸਥਾਨ ਦੇ ਮਦਾਰ ਰੇਲਵੇ ਸਟੇਸ਼ਨ ਦੇ ਕੋਲ ਇਹ ਭਿਆਨਕ ਹਾਦਸਾ ਵਾਪਰਿਆ ਜਿੱਥੇ ਕਿ ਸੁਪਰ ਫਾਸਟ ਟ੍ਰੇਨ ਤੇ ਮਾਲ ਗੱਡੀ ਇੱਕੋ ਹੀ ਟਰੈਕ ਦੇ ਉੱਤੇ ਆ ਜਾਂਦੀਆਂ ਨੇ ਪਰ ਜਦੋਂ ਸੁਪਰ ਫਾਸਟ ਟ੍ਰੇਨ ਦਾ ਡਰਾਈਵਰ ਦੇਖਦਾ ਤਾਂ ਉਸਦੇ ਵੱਲੋਂ ਤੁਰੰਤ ਐਮਰਜੈਂਸੀ ਬ੍ਰੇਕ ਵੀ ਲਗਾਈ ਜਾਂਦੀ ਹੈ ਪਰ ਕਿਹਾ ਜਾ ਰਿਹਾ ਕਿ ਸਪੀਡ ਜ਼ਿਆਦਾ ਹੋਣ ਦੇ ਕਾਰਨ ਜਦੋਂ ਤੱਕ ਟ੍ਰੇਨ ਰੁਕਦੀ ਉਦੋਂ ਤੱਕ ਦੋਵਾਂ ਦੀ ਟੱਕਰ ਹੋ ਜਾਂਦੀ ਹੈ ਹਾਲਾਂਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸਦੀ ਆਵਾਜ਼ ਜੋ ਹੈ ਕਾਫ਼ੀ ਦੂਰ ਤੱਕ ਸੁਣੀ ਗਈ ਕਈ ਸਵਾਰੀਆਂ ਜੋ ਸੀ ਉਹ ਸੁੱਤੀਆਂ ਪਈਆਂ ਸੀ ਉਹ ਵੀ ਡੱਬੇ ਦੇ ਵਿੱਚ ਸੀਟਾਂ ਤੋਂ ਹੇਠਾਂ ਡਿੱਗੀਆਂ ਨੇ ਤਾਂ ਦੱਸ ਦਈਏ ਕਿ ਸਾਬਰਮਤੀ ਆਗਰਾ ਸੁਪਰ ਫਾਸਟ ਟ੍ਰੇਨ ਦੀ ਟੱਕਰ ਇੱਕ ਮਾਲ ਗੱਡੀ ਦੇ ਨਾਲ ਹੋਈ ਹੈ ਦੱਸ ਦਈਏ ਕਿ ਫਿਲਹਾਲ ਮੌਕੇ ਦੇ ਉੱਤੇ ਰਾਹਤ ਕਾਰਜ ਜੋ ਹੈ ਲਗਾਤਾਰ ਜਾਰੀ ਕੀਤਾ ਹੋਇਆ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਾ ਰਿਹਾ ਤੇ ਇਸ ਦੌਰਾਨ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਟ੍ਰੇਨ ਦੇ ਡੱਬੇ ਨੇ ਉਹ ਪਟਰੀ ਤੋਂ ਹੇਠਾਂ ਉਤਰੇ ਨੇ ਹਾਲਾਂਕਿ ਕਿਹਾ ਜਾ ਰਿਹਾ ਕਿ ਜਦੋਂ ਇਹ ਸੁਪਰ ਫਾਸਟ ਟ੍ਰੇਨ ਪਟਰੀ ਤੋਂ ਹੇਠਾਂ ਉਤਰੀ ਤਾਂ ਕਈ ਖੰਭਿਆਂ ਨੂੰ ਵੀ ਤੋੜਦੀ ਹੋਈ ਕਈ ਕਿਲੋਮੀਟਰ ਤੱਕ ਅੱਗੇ ਚਲੀ ਜਾਂਦੀ ਹੈ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਇਸ ਦੇ ਕਈ ਡੱਬੇ ਪਟਰੀ ਤੋਂ ਹੇਠਾਂ ਉਤਰੇ ਨੇ ਕਈ ਸਵਾਰੀਆਂ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਨੇ ਤਾਂ ਦੱਸ ਦਈਏ ਕਿ ਅੱਧੀ ਰਾਤ ਨੂੰ ਇਹ ਭਿਆਨਕ ਰੇਲ ਹਾਦਸਾ ਵਾਪਰਿਆ ਤਾਂ ਰਾਜਸਥਾਨ ਤੋਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਜਿੱਥੇ ਕਿ ਸਾਬਰਮਤੀ ਆਗਰਾ ਸੁਪਰ ਫਾਸਟ ਟ੍ਰੇਨ ਦੀ ਟੱਕਰ ਇੱਕ ਮਾਲ ਗੱਡੀ ਦੇ ਨਾਲ ਹੋਈ ਹੈ ਟੱਕਰ ਇੰਨੀ ਜ਼ਬਰਦਸਤ ਸੀ ਕਿ ਜੋ ਸੁਪਰ ਫਾਸਟ ਟ੍ਰੇਨ ਹੈ ਉਸਦੇ 4 ਡੱਬੇ ਪਟਰੀ ਤੋਂ ਹੇਠਾਂ ਉਤਰ ਗਏ ਨੇ ਫਿਲਹਾਲ ਮੌਕੇ ਦੇ ਉੱਤੇ ਜੋ ਰੇਲਵੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਉਹ ਮੌਕੇ ਤੇ ਪਹੁੰਚੇ ਨੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਦੱਸ ਦਈਏ ਕਿ ਕਈ ਸਵਾਰੀਆਂ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਈਆਂ ਨੇ गाड़ी संख्या 12548 जो कि साबरमती से आगरा की तरफ जा रही थी उसका अजमेर के पास मदार के होम सिग्नल पर अवपतन हो गया। इस अवपतन कारण से इंजन के साथ 4 कोच भी ढेल हो गए और लेकिन इसमें कोई भी हताहत नहीं हुआ, कोई जनहानि नहीं हुई और कोई भी इंजरी नहीं हुई और हमारे जो रेलवे के उच्च अधिकारी हैं वो तुरंत साइट पर पहुंच गए हैं। हमारा दुर्घटना राहत गाड़ी जो है वो भी साइट पर पहुंच चुकी है। जो प्रभावित कोचों को छोड़कर के बाकी कोच को हमने पीछे लिया है और जो हमारा डाउन ट्रैक है वो फिट दे दिया गया है। सुबह अभी 7:15 बजे जो यही गाड़ी जो गाड़ी संख्या 12548 थी इसको हमने डाउन ट्रैक पर दोरेई से हमने इसको रवाना कर दिया है। इसी तरह अब ट्रैक को अभी जो है हमने फिटनेस कर रहे हैं और जो गाड़ियों का संचालन है अब हमारा नॉर्मल होने वाला है और जो गाड़ियाँ अलग अलग स्टेशनों पर खड़ी हैं उनको हम एक एक करके रवाना करेंगे। इस घटना के कारण से हमने 6 गाड़ियों का रद्दीकरण भी किया है। गाड़ी संख्या 12065, गाड़ी संख्या 22987, गाड़ी संख्या 09605, गाड़ी संख्या 09639, गाड़ी संख्या 19735 और 19736। इसके अलावा हमने अजमेर स्टेशन पर हेल्पलाइन नंबर भी रखी है 01452429642। यात्री या उनके परिजन जो गाड़ियों का जो डाइवर्जन हुआ है या जो कैंसिलेशन हुआ है इसकी पूरी जानकारी जो है ले सकते हैं और हमारा जो पूरा ध्यान है इस घटना पर है कि कैसे जो है ये घटना हुई है इसकी जांच भी की जा रही है और हमारा रेलवे का पूरा ध्येय है कि सुरक्षा को हम सेफ्टी को हम पूरे सर्वोपरि मानते हुए इसकी पूरी घटना की जांच करा रहे हैं और इस घटना की पुनरावृत्ति ना हो इसके लिए हम एक्शन प्लान भी बनाते हैं।